ਹੈਲੋ ਐਵਰੀਵਨ, ਅੱਜ ਹੈਗੀ 16 ਅਗਸਤ 2024 ਅਤੇ ਤੁਸੀਂ ਦੇਖ ਰਹੇ ਹੋ ਸਾਡਾ ਇੱਕ ਮੈਸੇਜ ਜਿਹੜਾ ਕਮਿਊਨਿਟੀ ਗਰੁੱਪ 'ਚ ਪਾਇਆ ਗਿਆ ਹੈਗਾ। ਨਿਫਟੀ ਦੀ 24,200 ਵਾਲੀ ਕੋਲ ਨੂੰ 220 ਰੁਪਏ ਬਾਈ ਕਰਾ ਕੇ 195 ਦਾ ਸਟੋਪ ਲੋਸ ਸੀ ਜਿਹੜਾ ਕਿ ਹਿੱਟ ਹੋ ਗਿਆ, ਸਟੋਪ ਲੋਸ ਹਿੱਟਣ ਤੋਂ ਬਾਅਦ ਅਸੀਂ ਦੁਬਾਰਾ ਇਹ ਮੈਸੇਜ ਕਮਿਊਨੀਕੇਟ ਕੀਤਾ ਕਿ ਇਹੀ ਕੋਲ ਤੁਸੀਂ ਦੁਬਾਰਾ ਬਾਈ ਕੀਤੀ ਅਗਰ 220 'ਤੇ ਆ ਗਿਆ ਪ੍ਰਾਈਜ਼। ਤਾਂ ਤੁਸੀਂ ਦੇਖੋਗੇ ਜਿਵੇਂ 220 ਦੇ ਉੱਤੇ ਦੁਬਾਰਾ ਪ੍ਰਾਈਜ਼ ਜਦੋਂ ਆਇਆ ਇਸੇ ਕੋਲ ਦਾ 24,200 ਵਾਲੀ ਦਾ, ਅਤੇ ਇਹਨੇ ਸਟਾਰਟਿੰਗ ਵਧਣਾ ਸ਼ੁਰੂ ਕਰ ਦਿੱਤਾ ਅਤੇ ਸਾਡਾ ਇਹਦਾ ਟਾਰਗੇਟ ਥੋੜ੍ਹਾ ਲੰਬਾ ਸੀਗਾ। ਅਤੇ ਤੁਸੀਂ ਦੇਖੋਗੇ 220 ਤੋਂ ਵੱਧ ਕੇ 260 ਰੁਪਏ ਆ ਗਿਆ, 270 ਰੁਪਏ ਆ ਗਿਆ, ਅਤੇ ਇਹ ਵਾਧਾ ਹੀ ਪਿਆ 280-285 ਰੁਪਏ 'ਤੇ ਆਇਆ। ਜਿਵੇਂ ਹੀ ਇਹ 200 ਤੁਸੀਂ ਦੇਖੋਗੇ 285 ਰੁਪਏ 'ਤੇ ਆਇਆ, ਅਤੇ ਅਸੀਂ ਆਪਣੇ ਕਮਿਊਨਿਟੀ ਮੈਂਬਰ ਨੂੰ ਇੱਕ ਜਿਹੜਾ ਮੈਸੇਜ ਹੈਗਾ ਉਹ ਬੋਲ ਕੇ ਦੱਸਿਆ, ਤੁਹਾਨੂੰ ਅਸੀਂ ਸੁਣਾਵਾਂਗੇ ਇਸੇ ਵੀਡੀਓ ਦੇ ਵਿੱਚ। ਤੁਸੀਂ ਸੁਣੋ ਅਸੀਂ ਕੀ ਬੋਲ ਕੇ ਦੱਸਿਆ ਆਪਣੇ ਇਨਵੈਸਟਰ ਨੂੰ। ਨਿਫਟੀ ਰੀਸ ਡੇ ਹਾਈ ਦੇ ਕੋਲ ਪਹੁੰਚ ਗਈ ਹੈ ਨਿਫਟੀ। ਅਗਰ ਡੇ ਹਾਈ ਬ੍ਰੇਕ ਕਰਦਾ ਤਾਂ ਇਹ ਸੁਪਰ ਫਾਸਟ ਹੋ ਜੂਗੀ, ਜਿਹੜੀ ਕੋਲ ਤੁਸੀਂ 285 ਰੁਪਏ ਦੇਖ ਰਹੇ ਹੋ ਇਹ 350 ਤੋਂ ਟੱਪ ਜਾਏਗੀ। ਜੇ ਇੱਕ ਸ਼ਰਤ ਹੈ, ਤੁਸੀਂ ਅਗਰ ਇਹਨੂੰ ਹੋਲਡ ਰੱਖਣਾ ਚਾਹੁੰਦੇ ਹੋ ਤਾਂ ਆਪਣਾ ਸਟੋਪ ਲੋਸ ਟ੍ਰਾਇਲ ਕਰ ਲਓ, ਜਾਂ ਤਾਂ ਕੋਸਟ 'ਤੇ ਕਰ ਲਓ, ਜਾਂ ਫਿਰ 50% ਟਾਰਗੇਟ 'ਤੇ ਕਰ ਲਓ ਜਿੱਥੇ ਤੁਹਾਡਾ 50% ਟਾਰਗੇਟ ਬਣਦਾ ਹੈਗਾ, ਅਤੇ ਹੋਲਡ ਰੱਖੋ। ਬਹੁਤ ਹੀ ਜ਼ਬਰਦਸਤ ਮੂਵ ਮਿਲੇਗਾ ਅਗਰ ਇਹ ਡੇ ਹਾਈ ਕ੍ਰੋਸ ਕਰ ਗਈ ਤਾਂ। ਸੋ ਤੁਸੀਂ ਸੁਣਿਆ ਕਿ ਜਿਹੜਾ ਅਸੀਂ ਦੱਸਿਆ ਬੋਲ ਕੇ 285 ਦੇ ਪਾਰ ਹੋਣ ਤੋਂ ਬਾਅਦ ਜਾਂ ਡੇ ਹਾਈ ਦੇ ਪਾਰ ਹੋਣ ਤੋਂ ਬਾਅਦ ਜਿਹੜਾ ਹੈਗਾ ਇਹ ਰੋਕੇਟ ਹੋ ਜਾਏਗਾ ਪ੍ਰਾਈਜ਼। ਤਾਂ ਤੁਸੀਂ ਦੇਖੋਗੇ 220 ਤੋਂ ਬਾਈਕ ਰਹੇਗੀ ਵੀ ਕੋਲ ਦਾ ਜਿਹੜਾ ਪ੍ਰਾਈਜ਼ ਹੈ 300 ਰੁਪਏ ਚਲਾ ਗਿਆ, 330 ਰੁਪਏ ਚਲਾ ਗਿਆ, 360 ਰੁਪਏ ਹਾਈ ਲੱਗਿਆ, 385 ਰੁਪਏ ਚਲਾ ਗਿਆ, ਅਤੇ ਫਾਈਨਲੀ ਇਹ ਮਾਰਕੀਟ ਬੰਦ ਹੁੰਦੇ ਹੁੰਦੇ 3.25 ਦੇ ਕਰੀਬ ਇਹ 420 ਜਿਹੜਾ ਹੈਗਾ ਦਾ ਇਹਦਾ ਹਾਈ ਲੱਗ ਗਿਆ, ਅਤੇ ਅਸੀਂ ਆਪਣੇ ਇਨਵੈਸਟਰ ਨੂੰ ਇੱਥੇ ਆਪਣਾ ਪ੍ਰੋਫਿਟ ਬੁੱਕ ਕਰਵਾਇਆ। ਅਤੇ ਜਿਨ੍ਹਾਂ ਨੇ ਸਾਡੇ ਕਹਿਣ 'ਤੇ ਕੋਲ ਲਿੱਤੀ ਅਤੇ ਉਹਨਾਂ ਨੇ ਬਹੁਤ ਹੀ ਅੱਛਾ ਪ੍ਰੋਫਿਟ ਬੁੱਕ ਕੀਤਾ, ਅਤੇ ਜਿਨ੍ਹਾਂ ਇਹਨਾਂ ਵਿੱਚੋਂ ਇੱਕ ਸਕਰੀਨਸ਼ੋਟ ਨਾਲ ਸ਼ੇਅਰ ਵੀ ਕਰ ਰਹੇ ਹਾਂ। ਅਤੇ ਇਸੇ ਤਰ੍ਹਾਂ ਹੀ ਅਗਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਔਰ ਚਾਹੁੰਦੇ ਹੋ ਆਪਸ਼ਨ ਵਿੱਚ ਟ੍ਰੇਡ ਕਰਨਾ ਔਰ ਕੋਲਾਂ ਪੁੱਟਾਂ ਦੇ ਵਿੱਚ ਤੁਸੀਂ ਟ੍ਰੇਡ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਉੱਪਰ ਦਿੱਤੇ ਨੰਬਰ 'ਤੇ ਕੰਟੈਕਟ ਕਰ ਸਕਦੇ ਜੀ। ਥੈਂਕ ਯੂ ਸੋ ਮੱਚ, ਹੈਪੀ ਵੀਕੈਂਡ।